ਡਿਕਟੇਟਰਸ਼ਿਪ ਵਾਲੀਆਂ ਜਿਹੜੀਆਂ ਗੱਲਾਂ ਨੇ ਗਲਤ ਨੇ। ਪੰਜਾਬ ਨਾਲ ਪੰਗੇ ਨਾ ਲਓ, ਮੈਂ ਪਹਿਲਾਂ ਵੀ ਕਹਿ ਚੁੱਕਿਆ ਟੀ ਵੀ ਦੇ ਚੈਨਲਾਂ 'ਤੇ ਹਰਜੀਤ ਗਰੇਵਾਲ, ਆਰ ਪੀ ਸਿੰਘ, ਮਨਜਿੰਦਰ ਸਿਰਸਾ, ਸੁਨੀਲ ਜਾਖੜ, ਲੱਲਾ ਭੱਬਾ ਐਂਡ ਅਦਰਸ, ਅੱਧੇ ਕਾਂਗਰਸੀ, ਉਹ ਕੀ ਬੋਲਣਗੇ? ਅੱਜ ਕੋਈ ਗੱਲ ਨਹੀਂ, 2024 ਆਉਂਦੀ ਹੈ, ਦੱਸ ਦੇਣਗੇ ਲੋਕ, ਦੱਸ ਦੇਣਗੇ ਪੰਜਾਬ ਦੇ। ਨਾ ਨਾ ਸਾਨੂੰ ਤੀਰਥ ਯਾਤਰਾ ਕਰਨ ਦਿੰਦੇ ਆ, ਇਹਦਾ ਮਤਲਬ ਥੋੜ੍ਹੀ ਹੈ ਕਿ ਅਸੀਂ ਆਪਣਾ ਕਲਚਰ ਭੁੱਲ ਜਾਵਾਂਗੇ, ਤੁਹਾਡੇ ਪਿੱਛੇ ਲੱਗ ਕੇ ਚੰਗਾ ਜੀ ਚੰਗਾ ਜੀ ਕਰ। ਮੈਂ ਫਿਰ ਇੱਕ ਵਾਰੀ ਪੁੱਛਦਾ ਇਹਨਾਂ ਦੇ ਲੀਡਰਾਂ ਨੂੰ, ਬੀਜੇਪੀ ਦਿਆਂ ਨੂੰ, ਮੋਦੀ ਸਾਹਿਬ ਨੂੰ ਵੀ ਪੁੱਛਦਾ ਮੈਂ ਕਿ ਮੋਦੀ ਸਾਹਿਬ ਕੱਲ੍ਹ ਤਾਂ ਬੜਾ ਮਨਾ ਰਹੇ ਸੀ ਬੀਰਬਾਲ ਅਤੇ ਸਿੱਖ ਕੌਮ ਦੀ, ਗੁਰੂ ਗੋਬਿੰਦ ਸਿੰਘ ਜੀ ਦੀ ਬਹੁਤ ਅਦੁੱਤੀ ਸ਼ਰਧਾਂਜਲੀ ਦੇ ਰਹੇ ਸੀ ਉਹਨਾਂ ਦੀ ਕੁਰਬਾਨੀ ਨੂੰ, ਅਤੇ ਅਚਾਨਕ ਅਗਲੇ ਦਿਨ ਇੱਕ ਚਿੱਠੀ ਆਉਂਦੀ ਹੈ ਜੀ ਸਾਰੀਆਂ ਕੁਰਬਾਨੀਆਂ ਜ਼ੀਰੋ ਕਰਤੀਆਂ ਤੁਸੀਂ, ਨਾ ਸਾਡੇ ਅਗਨੀਵੀਰ ਨੂੰ ਇਹ ਸੰਸਕਾਰ ਵੀ ਨਹੀਂ ਕਰਕੇ ਜਾਂਦੇ, 11 ਕਾਰਤੂਸ ਅਤੇ 11 ਸਲੂਟ ਹੈ ਨਹੀਂ ਇਹਨਾਂ ਕੋਲ ਉਸ ਜਵਾਨ ਨੂੰ ਸ਼ਰਧਾਂਜਲੀ ਦੇਣ ਨੂੰ, ਨਾ ਨਾ ਸਾਨੂੰ ਤੀਰਥ ਯਾਤਰਾ ਕਰਨ ਦਿੰਦੇ ਆ, ਨਾ ਸਾਡੀਆਂ ਝਾਕੀਆਂ 15 ਅਗਸਤਾਂ 'ਚੋਂ ਅਤੇ 26 ਜਨਵਰੀ 'ਚੋਂ ਕੱਢਦੇ ਨੇ। ਇਹਦਾ ਮਤਲਬ ਥੋੜ੍ਹੀ ਹੈ ਕਿ ਅਸੀਂ ਆਪਣਾ ਕਲਚਰ ਭੁੱਲ ਜਾਵਾਂਗੇ, ਤੁਹਾਡੇ ਪਿੱਛੇ ਲੱਗ ਕੇ ਚੰਗਾ ਜੀ ਕਰ ਦਾਂਗੇ। ਬਾਰਡਰ 'ਤੇ ਤਾਂ ਹਜੇ ਵੀ ਅਸੀਂ ਖੜ੍ਹੇ ਹਾਂ, 532 ਕਿਲੋਮੀਟਰ ਬਾਰਡਰ ਹੈ ਪਾਕਿਸਤਾਨ ਦਾ, ਸਾਡੇ ਜਵਾਨ ਖੜ੍ਹੇ ਨੇ ਉੱਥੇ, ਹਰ ਰੋਜ਼ ਸ਼ਹੀਦੀਆਂ ਹੁੰਦੀਆਂ ਨੇ। ਚਾਈਨਾ ਦੇ ਬਾਰਡਰ 'ਤੇ ਅਸੀਂ ਖੜ੍ਹੇ ਹਾਂ, ਕਾਰਗਿਲ ਦੀਆਂ ਪਹਾੜੀਆਂ ਬਰਫਾਂ 'ਚ ਅਸੀਂ ਖੜ੍ਹੇ ਹਾਂ। ਤਾਂ ਕਿਰਪਾ ਕਰਕੇ ਜਿਹੜੀਆਂ ਕੋਚੀਆਂ ਚਾਲਾਂ ਚੱਲ ਰਹੇ ਹੋ ਤੁਸੀਂ ਕਿ ਅਸੀਂ ਐਂ ਕਲਚਰ ਖਤਮ ਕਰ ਦਾਂਗੇ ਸਟੇਟਾਂ ਦਾ, ਜਿਹੜੀ ਸਟੇਟ 'ਚ ਸਾਡਾ ਰਾਜ ਹੈ ਨਹੀਂ ਉਹ ਸਟੇਟ ਹੀ ਹੈ ਨਹੀਂ, ਦਿੱਲੀ ਦੀ ਵੀ ਹੈ ਨਹੀਂ ਝਲਕੀ, ਇਸ ਵਾਰ ਰਾਜਧਾਨੀ ਦੀ ਝਲਕੀ ਹੈ ਨਹੀਂ। ਮਤਲਬ ਹੁਣ ਤਾਂ ਸਿੱਧਾ ਜਿਹਾ ਹੋ ਗਿਆ ਵੀ ਜੇ ਇਹਨਾਂ ਨੂੰ ਵੋਟਾਂ ਪਾਓਗੇ ਤਾਂ ਝਲਕੀ ਆਊਗੀ, ਨਹੀਂ ਤਾਂ ਨਾ ਸਹੀ। ਕੋਈ ਗੱਲ ਨਹੀਂ, 2024 ਆਉਂਦੀ ਹੈ, ਦੱਸ ਦੇਣਗੇ ਲੋਕ, ਦੱਸ ਦੇਣਗੇ ਪੰਜਾਬ ਦੇ। ਸੋ ਮੈਂ ਬਹੁਤ ਇਸ ਗੱਲ 'ਤੇ ਨਿੱਜੀ ਤੌਰ 'ਤੇ ਵੀ ਮੈਂ ਦੁਖੀ ਹਾਂ ਇਸ ਗੱਲ ਤੋਂ ਕਿ ਜਦ ਅਸੀਂ ਕੋਈ ਸਾਡੇ ਵੱਲੋਂ ਕੋਈ ਕਾਗਜ਼ਾਂ 'ਚ ਘਾਟ ਰਹੀ ਹੋਵੇ, ਸਾਡੇ ਵੱਲੋਂ ਕੋਈ ਚਿੱਠੀ ਦੇਰ ਨਾਲ ਗਈ ਹੋਵੇ, ਸਾਡੇ ਵੱਲੋਂ ਕੋਈ ਡਿਜ਼ਾਇਨ 'ਚ ਦੇਰੀ ਹੋਈ ਹੋਵੇ, ਅਸੀਂ ਤਾਂ ਐਡਵਾਂਸ ਲੈ ਕੇ ਜਾਂਦੇ ਸੀ, ਸਾਨੂੰ ਤਾਂ ਚਾਹ ਚੜਿਆ ਹੋਇਆ ਸੀ ਕਿ ਪੰਜਾਬ ਦੀ ਤਾਂ ਝਲਕਿਆ ਤੈਨੂੰ ਦਿਖਾਵਾਂਗੇ, ਵਧੀਆ ਦਿਖਾਵਾਂ, ਸਾਰੀ ਦੁਨੀਆ ਦੇਖੂਗੀ। ਕੋਈ ਗੱਲ ਨਹੀਂ, ਅਸੀਂ ਇੱਥੇ ਕਰ ਲਾਂਗੇ। ਅਸੀਂ ਫਿਰ ਜੇ ਇੱਦਾਂ ਤੁਸੀਂ ਸਾਨੂੰ ਪੰਜਾਬ ਨੂੰ ਆਪਣੇ ਫੰਕਸ਼ਨ ਆਪ ਕਰਨ ਲਈ ਮਜਬੂਰ ਕਰ ਰਹੇ ਹੋ, ਫਿਰ ਤੁਸੀਂ ਸਾਡੇ 'ਤੇ ਕੋਈ, ਠੀਕ ਹੈ ਤੁਸੀਂ ਸਾਡਾ ਪੈਸਾ ਰੋਕ ਲਓਗੇ RDF ਦਾ, ਅਤੇ ਕੱਲ੍ਹ ਨੂੰ ਜਦੋਂ ਪੂਰੇ ਦੇਸ਼ ਨੂੰ ਅੰਨ ਦੀ ਲੋੜ ਹੋਊਗੀ ਉਦੋਂ ਤੁਸੀਂ ਸਾਡੇ ਕੋਲ ਆ ਜਾਂਦੇ ਹੋ, ਕੋਲਾ ਸਾਨੂੰ ਕਹਿੰਦੇ ਹੋ ਬਾਇਆ ਸ਼੍ਰੀਲੰਕਾ ਲੈ ਕੇ ਆਓ, ਚੌਲ ਸਾਨੂੰ ਦੇ ਦਿਓ, ਬਾਅਦ 'ਚ ਪਰਾਲੀ ਨੂੰ ਅੱਗ ਲਾਉਣ 'ਤੇ ਕਿਸਾਨਾਂ 'ਤੇ ਪਰਚੇ ਕਰ ਦਿਓ। ਸੋ ਇਹ ਜੋ ਵਿਤਕਰਾ ਪੰਜਾਬ ਨਾਲ ਕੀਤਾ ਜਾ ਰਿਹਾ ਸਖ਼ਤ ਨਿੰਦਣਯੋਗ ਹੈ, ਮੈਨੂੰ ਸਮਝ ਨਹੀਂ ਆਉਂਦੀ। ਅੱਜ ਸ਼ਾਮ ਨੂੰ 8 ਵਜੇ ਦੇ ਕਰੀਬ, 7 ਵਜੇ ਦੇ ਕਰੀਬ TV ਦੇ ਚੈਨਲਾਂ 'ਤੇ ਹਰਜੀਤ ਗਰੇਵਾਲ, RP ਸਿੰਘ, ਮਨਜਿੰਦਰ ਸਿਰਸਾ, ਸੁਨੀਲ ਜਾਖੜ, ਲੱਲਾ ਭੱਬਾ ਐਂਡ ਅਦਰਸ, ਅੱਧੇ ਕਾਂਗਰਸੀ, ਉਹ ਕੀ ਬੋਲਣਗੇ? ਅੱਜ ਕਿਹੜੇ ਮੂੰਹ ਨਾਲ ਕਹਿਣਗੇ ਵੀ ਬਹੁਤ ਵਧੀਆ ਹੋ ਗਿਆ ਜੀ, ਮੋਦੀ ਜੀ ਦੀ ਸੋਚ ਹੈ ਇਹ, ਬਹੁਤ ਵਧੀਆ ਸੋਚ ਹੈ, ਕਹਿਣਗੇ ਅੱਜ ਕਹਿ ਕੇ ਦਿਖਾਉਣ। ਫਿਰ ਅੱਜ ਕੋਈ ਹੋਰ ਰਾਜਨੀਤਿਕ ਸਵਾਲ ਨਾ ਕਰੋ ਪਲੀਜ਼, ਇਹ ਚੈਲੇਂਜ ਲੱਗਦਾ, ਇਹ ਲੱਗਦਾ ਇਹ ਚੈਲੇਂਜ ਹੈ, ਲੱਗਦਾ ਸਾਨੂੰ ਇਹ ਚੁਣੌਤੀਆਂ ਦਿੰਦੇ ਕਿ ਕਰਕੇ ਦਿਖਾਓ ਕੀ ਕਰਦੇ। ਨਹੀਂ ਨਹੀਂ ਲੈਟਰ ਵੀ ਲਿਖਾਂਗੇ, 26 ਜਨਵਰੀ 'ਚ ਮਹੀਨਾ ਪਿਆ ਹਜੇ, ਪਰ ਜਾ ਕੇ ਮਿਲਾਂਗੇ ਵੀ,
ਕਿ ਤੁਸੀਂ ਇਹ ਕੀ ਕੀਤਾ। ਬਲਕਿ ਅੱਜ ਸ਼ਾਮ ਨੂੰ ਕੈਪਟਨ ਇਹ ਸਵਾਲ ਕਿਰਪਾ ਕਰਕੇ ਕੈਪਟਨ ਸਾਹਿਬ ਦਾ ਨੰਬਰ ਹੋਣਾ, ਸੁਨੀਲ ਜਾਖੜ ਦਾ ਨੰਬਰ ਹੋਣਾ ਤੁਹਾਡੇ ਕੋਲ। ਪ੍ਰਧਾਨ ਨੇ ਪੰਜਾਬ ਦੇ, ਅੱਜ ਕੱਲ੍ਹ ਬੀਜੇਪੀ ਦੇ ਨੇ, ਪਹਿਲਾਂ ਕਾਂਗਰਸ ਦੇ ਸੀ, ਪ੍ਰਧਾਨ ਨੇ। ਪੁੱਛੋ ਨਾ ਉਹਨਾਂ ਨੂੰ, ਪੁੱਛੋ ਤੁਸੀਂ ਮੈਥੋਂ ਕਿ ਪੁੱਛਦੇ ਹੋ ਕਿ ਕਰੋਗੇ, ਉਹਨਾਂ ਨੂੰ ਪੁੱਛੋਗੇ ਹੁਣ ਕੀ ਕਰੋਗੇ। ਸੁਪਰੀਮ ਕੋਰਟ ਤਾਂ ਫਿਰਦਿਆਂ, ਪਹਿਲੀ ਫਿਰਦਿਆਂ ਜੀ, ਗਵਰਨਰ ਸੰਤਾਂ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਵਾਸਤੇ ਸੁਪਰੀਮ ਕੋਰਟ ਜਾਣਾ ਪੈਂਦਾ ਜੀ, ਫਿਰ ਉਹ ਸੈਸ਼ਨ ਨੂੰ ਲੀਗਲ ਕਹਾਉਣ ਵਾਸਤੇ ਸੁਪਰੀਮ ਕੋਰਟ ਜਾਣਾ ਪੈਂਦਾ ਜੀ। ਇਹ ਚੱਲਣ ਦੇ ਰਹੇ ਸਟੇਟ, ਇਹ ਸਟੇਟ ਚੱਲਣ ਦੇ ਰਹੇ ਆ। ਇਹ ਕਿਹੜੀਆਂ ਕਿਹੜੀਆਂ ਸਟੇਟਾਂ ਨੂੰ ਤੰਗ ਕਰਦੇ ਆ? ਪੱਛਮੀ ਬੰਗਾਲ ਮਮਤਾ ਬੈਨਰਜੀ ਨੂੰ ਤੰਗ ਕਰਦੇ ਆ, ਕੇਰਲਾ 'ਚ ਕੇਰਲਾ ਦੀ ਸਰਕਾਰ ਨੂੰ ਤੰਗ ਕਰਦੇ ਆ, ਤਮਿਲਨਾਡੂ 'ਚ ਤਮਿਲਨਾਡੂ ਦੀ ਸਰਕਾਰ ਨੂੰ ਤੰਗ ਕਰਦੇ ਆ। ਇਹ ਜਿੱਥੇ ਜਿੱਥੇ, ਮਤਲਬ ਦਿੱਲੀ 'ਚ ਅਰਵਿੰਦ ਕੇਜਰੀਵਾਲ ਜੀ ਦਾ ਹਰ ਰੋਜ਼ ਕੋਈ ਨਾ ਕੋਈ ਈਡੀ ਦਾ ਨੋਟਸ, ਕਦੇ ਕੋਈ ਅਫਸਰ ਸਸਪੈਂਡ ਕਰਤਾ, ਆਹ ਨਹੀਂ ਹੋਣ ਦੇਣਾ, ਆਹ ਸ਼ਕਤੀਆਂ ਖੋਲਾਂਗੇ। ਦਿੱਲੀ 'ਚ ਜਿਹੜਾ ਉਹ ਤਾਂ ਮੇਰੇ ਖਿਆਲ 'ਚ ਇੰਤਹਾ ਹੀ ਕਰ ਰੱਖੀ ਹੈ ਤੰਗ ਕਰਨ ਦੀ। ਪੰਜਾਬ ਇੱਕ ਫੁੱਲ ਸਟੇਟ ਹੈ, ਸਾਨੂੰ ਤੰਗ ਕਰੀ ਜਾਂਦੇ ਆ। ਸਾਨੂੰ ਸੁਪਰੀਮ ਕੋਰਟ 'ਚੋਂ ਜਾ ਕੇ ਇਹ ਕਹਾਉਣਾ ਪੈਂਦਾ ਕਿ ਭਾਈ ਰਾਜਪਾਲ ਨੂੰ ਕਹੋ ਸਾਡਾ ਵਿਧਾਨ ਸਭਾ ਸੈਸ਼ਨ ਚੱਲ ਲੈਣ ਦਿਉ, ਸਾਡੇ ਬਿੱਲ ਪਾਸ ਕਰਾ ਦਿਉ ਜੀ। ਸੋ ਇਹ ਕੀ ਡੈਮੋਕ੍ਰੇਸੀ ਹੈ? ਇਹ ਕੀ ਦੱਸਣਾ ਚਾਹੁੰਦੇ ਨੇ? ਮਤਲਬ ਜੇ ਇਹ ਆ ਗਏ ਅਤੇ ਜਿਹੜਾ ਉੱਥੇ ਕੋਈ ਵਿਰੋਧ ਕਰਦਾ ਪਾਰਲੀਮੈਂਟ 'ਚ, ਚੱਕ ਕੇ ਮਾਰੋ ਬਾਹਰ, 150-150 ਨੂੰ ਸਸਪੈਂਡ ਕਰ ਦਿੰਦੇ ਆ। ਆਪ 2013 ਦੀ, 2013 ਦੀ ਕਰ ਲਓ ਗੱਲ, 14 ਤੋਂ ਪਹਿਲਾਂ ਜਿਹੜਾ ਆਖਰੀ ਸੈਸ਼ਨ ਸੀ, ਸਾਰੀ ਬੀਜੇਪੀ ਬਿੱਲ 'ਚ ਹੁੰਦੀ ਸੀ, ਸਾਰੀ ਬੀਜੇਪੀ ਬਿੱਲ 'ਚ, ਅਤੇ ਉਹ ਤਾਂ ਕੋਈ ਸਸਪੈਂਡ ਨਹੀਂ ਹੋਇਆ। ਚੱਕ ਕੇ ਇਹ ਜਿਹੜੀਆਂ ਡਿਕਟੇਟਰਸ਼ਿਪ ਵਾਲੀਆਂ ਜਿਹੜੀਆਂ ਗੱਲਾਂ ਨੇ, ਗਲਤ ਨੇ। ਪੰਜਾਬ ਨਾਲ ਪੰਗੇ ਨਾ ਲਓ। ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਪੰਜਾਬ ਜਿਹੜੇ ਸਟੇਟ ਹੈ ਉਹ ਅੰਨਦਾਤਿਆਂ ਦੀ ਸਟੇਟ ਹੈ, ਉਹ ਸੂਰਵੀਰਾਂ ਸੂਰਮਿਆਂ ਦੀ ਸਟੇਟ ਹੈ, ਠੀਕ ਹੈ ਨਾ। ਅਸੀਂ ਕੁਰਬਾਨੀਆਂ ਦੇਣ ਨੂੰ ਤਿਆਰ ਹਾਂ, ਅਸੀਂ ਫੌਜ 'ਚ ਜਾਣ ਨੂੰ ਤਿਆਰ ਹਾਂ, ਫੌਜ 'ਚ ਸਾਡੇ ਮੁੰਡੇ ਛਾਤੀਆਂ ਮੂਹਰੇ ਕਰਕੇ ਦੇਸ਼ ਵੱਲ ਨੂੰ ਆਉਂਦੀਆਂ ਗੋਲੀਆਂ ਨੂੰ ਰੋਕਣ ਨੂੰ ਤਿਆਰ ਨੇ, ਪਰ ਉਸਦੇ ਬਦਲੇ ਤੁਸੀਂ ਸਾਨੂੰ ਸਲੂਟ ਵੀ ਨਾ ਮਾਰੋ ਸਾਡੀ ਸ਼ਹੀਦੀ 'ਤੇ, ਸਾਨੂੰ ਤੁਸੀਂ 11 ਕਾਰਤੂਸਾਂ ਨਾਲ ਸਲਾਮੀ ਵੀ ਨਾ ਦੇ ਦਿਓ, ਅਤੇ ਇਹ ਤਾਂ ਫਿਰ ਜ਼ਿਆਦਾ ਗਲਤ ਹੈ। ਇਹਨਾਂ ਤੋਂ ਭਗਤ ਸਿੰਘ ਜੀ ਨੂੰ NOC ਦੀ ਲੋੜ ਨਹੀਂ ਹੈਗੀ। ਇਹ ਕੌਣ ਨੇ ਭਗਤ ਸਿੰਘ ਜੀ ਨੂੰ ਸ਼ਹੀਦ ਹੋ ਜਾਂ ਨਾ ਸ਼ਹੀਦ ਜਾਂ ਉਹਦੀ ਸ਼ਹਾਦਤ ਨੂੰ NOC ਦੇਣ ਵਾਲੇ? ਇਹਨਾਂ ਦਾ ਕੋਈ ਆਪਦਾ ਹੋਇਆ? ਸੋ ਭਗਤ ਸਿੰਘ ਜੀ ਤਾਂ ਪਹਿਲੇ ਹੀ ਵੱਡੇ ਨੇ। ਮੈਂ ਕਹਿੰਦਾ ਸੀ ਜੇ ਕਿਤੇ ਆਹ ਝਾਕੀਆਂ ਆ ਜਾਂਦੀਆਂ ਨਾ, 26 ਜਨਵਰੀ ਦੀ ਗਰਿਮਾ ਵੱਧ ਜਾਂਦੀ। ਸ਼ਹੀਦਾਂ ਦੀ ਤਾਂ ਸਾਡੇ ਦਿਲਾਂ 'ਚ ਕਦਰ ਹੈਗੀ ਹੈਗੀ ਹੈ, ਉਹਨਾਂ ਕੋਈ ਘਟਣ ਨਹੀਂ ਲੱਗੀ, ਪਰ 26 ਜਨਵਰੀ ਦੇ ਫੰਕਸ਼ਨ ਦੀ ਗਰਿਮਾ ਵੱਧ ਜਾਂਦੀ ਕਿ ਇਹਨਾਂ ਕੋਲ ਆਹ ਕਲਚਰ ਵੀ ਹੈ, ਆਹ ਵੀ ਇਹਨਾਂ ਕੋਲ ਸ਼ਹਾਦਤਾਂ ਪਈਆਂ ਨੇ, ਆਹ ਵੀ ਇਹਨਾਂ ਕੋਲ ਸੂਰਬੀਰ ਹੋਏ ਨੇ। ਜਿਤਨੀ ਦੇਖੋ, ਪਹਿਲੇ ਹਮਨੇ ਸੋਚਾ ਥਾ ਕਿ ਇਹ ਦਿੱਲੀ ਮੇਂ ਨਿਕਲੇਂਗੀ, ਤੋ ਅਭੀ ਹਮ ਫੈਸਲਾ ਲਿਆ ਅਭੀ ਰੀਸੈਂਟਲੀ ਕਿ ਇਸਕੋ ਜਿਤਨੀ ਜ਼ਿਆਦਾ ਸੇ ਜ਼ਿਆਦਾ ਬਣਾਏਂਗੇ, ਹਮ ਪੂਰੇ ਪੰਜਾਬ ਮੇਂ ਨਿਕਲੇਂਗੇ। ਪੰਜਾਬ ਨੂੰ ਆਪਣੇ ਪੈਰਾਂ ਸਿਰ ਖੜਾ ਕਰਾਂਗੇ ਜੀ, ਸਾਨੂੰ ਲੋੜ ਨਹੀਂ ਹੈਗੀ ਉਹਨਾਂ ਦੀ। ਰਾਸ਼ਟਰਪਤੀ ਨੂੰ ਅਸੀਂ ਕਿਉਂ ਲੈਟਰ ਲਿਖੀਏ ਜੀ? ਨਿੱਕੀ ਗੱਲ, ਅਸੀਂ ਮਿੰਨਤਾਂ ਕਰੀ ਉਹਨਾਂ ਦੀਆਂ ਕਿ ਭਗਤ ਸਿੰਘ ਨੂੰ ਵਿੱਚ ਪਾਓ ਜੀ। ਰਾਸ਼ਟਰਪਤੀ ਜੀ ਇੱਕ ਆਜ਼ਾਦ ਦੇਸ਼ ਦੇ ਰਾਸ਼ਟਰਪਤੀ ਨੇ, ਆਜ਼ਾਦੀ ਕਿਹਨਾਂ ਨੇ ਲੈ ਕੇ ਦਿੱਤੀ ਸੀ? ਜਿਹਨਾਂ ਨੇ ਆਜ਼ਾਦੀ ਲੈ ਕੇ ਦਿੱਤੀ ਸੀ ਉਹਨਾਂ ਨੂੰ ਅਸੀਂ ਲੈਟਰ ਲਿਖੀਏ ਕਿ ਜਿਹਨਾਂ ਨੇ ਆਜ਼ਾਦੀ ਲੈ ਕੇ ਦਿੱਤੀ ਹੈ ਜੀ ਉਹਨਾਂ ਦੀ ਝਲਕੀ ਦਿਖਾ ਦਿਓ? ਇੱਦਾਂ ਥੋੜ੍ਹੀ ਹੋਜੂਗਾ। ਅਸੀਂ ਇਹਨਾਂ ਨੇ ਜੋ ਕਰਨਾ ਸੀ ਕਰਤਾ, ਹੁਣ ਜੋ ਅਸੀਂ ਕਰਾਂਗੇ ਉਹ 26 ਜਨਵਰੀ ਦੇ। 3 ਪੰਜਾਬ ਨਾਲ ਸੰਬੰਧਿਤ ਝਾਕੀਆਂ ਪ੍ਰਪੋਜ਼ ਕੀਤੀਆਂ, ਡਿਜ਼ਾਈਨ ਵੀ ਬਣਾਏ,
ਉਹਨਾਂ ਕੋਲ ਲੈ ਕੇ ਵੀ ਗਏ ਸਾਡੇ ਅਫਸਰ ਜਿਹੜੇ ਨੇ ਮੀਟਿੰਗਾਂ ਦੇ ਵਿੱਚ। ਪਹਿਲਾਂ ਤਾਂ ਮੈਂ ਤਿੰਨਾਂ ਦੇ ਨਾਮ ਲੈ ਦਿੰਦਾ। ਇੱਕ ਸੀ ਪੰਜਾਬ ਕੁਰਬਾਨੀਆਂ ਅਤੇ ਸ਼ਹਾਦਤਾਂ ਦਾ ਇਤਿਹਾਸ, ਦੂਜੀ ਸੀ ਮਾਈ ਭਾਗੋ, ਫਸਟ ਲੇਡੀ ਵਾਰੀਅਰ ਆਫ ਸਿੱਖਇਜ਼ਮ, ਨਾਰੀ ਸ਼ਕਤੀ ਇਹਦਾ ਨਾਮ ਸੀ, ਅਤੇ ਤੀਜੀ ਸੀ ਪੰਜਾਬ ਦਾ ਅਮੀਰ ਵਿਰਸਾ ਅਤੇ ਉਹਦੀ ਪੇਸ਼ਕਾਰੀ। ਇਹ ਤਿੰਨ ਅਸੀਂ ਭੇਜੀਆਂ। ਮੈਂ ਵਾਰ ਵਾਰ ਬੋਲਣ ਨਾਲੋਂ ਮੈਂ ਪਹਿਲਾਂ ਬੇਨਤੀ ਕਰੂੰਗਾ ਕਿ ਅਸੀਂ ਦੋ ਦੋ ਡਿਜ਼ਾਇਨ ਵੀ ਭੇਜੋ ਉਹਨਾਂ ਦੇ ਕਿ ਤੁਸੀਂ ਇੱਕ ਸਿਲੈਕਟ ਕਰ ਲਓ। ਅਸਾਂ ਪੰਜਾਬ ਦਾ ਅਸੀਂ ਇਸ ਵਾਰ 26 ਜਨਵਰੀ 'ਚ ਅਸੀਂ ਮਿਸ ਨਹੀਂ ਹੋਣ ਦੇਣਾ। ਪੰਜਾਬ ਦਾ ਸੱਭਿਆਚਾਰ, ਪੰਜਾਬ ਦੀਆਂ ਕੁਰਬਾਨੀਆਂ ਅਸੀਂ ਦਿਖਾਉਣੀਆਂ ਨੇ। ਮੈਂ ਮੇਰੇ ਸਾਥੀਆਂ ਨੂੰ ਬੇਨਤੀ ਕਰੂੰਗਾ ਪਹਿਲਾਂ ਉਹ ਜਿਹੜੀ ਦੇਸ਼ ਕੁਰਬਾਨੀਆਂ ਵਾਲੀ ਜਿਹੜੀ ਝਾਕੀ ਹੈ ਜਿਹੜੀ ਅਸੀਂ ਉਹਨਾਂ ਨੂੰ ਦਿੱਤੀ ਸੀ ਡਿਜ਼ਾਇਨ, ਉਹ ਆਹ ਸੀ ਜਿਹਦੇ ਵਿੱਚ ਲਾਲਾ ਲਾਜਪਤ ਰਾਏ ਜੀ, ਸ਼ਹੀਦ ਭਗਤ ਸਿੰਘ ਜੀ, ਜਲਿਆਂਵਾਲੇ ਬਾਗ ਦਾ ਸਾਕਾ, ਸਾਈਮਨ ਕਮਿਸ਼ਨ ਗੋ ਬੈਕ, ਜਿਹਦੇ ਵਿੱਚ ਰਾਜਗੁਰੂ ਹੋਰਾਂ ਦੀ, ਗੁਰੂਆਂ ਦੀ ਸਾਰੀ ਜਿਹੜੀ ਹਿਸਟਰੀ ਆ ਉਹ ਅਸੀਂ ਰਿਪਬਲਿਕ ਡੇ ਪਰੇਡ 2023 ਇਹ ਉਹਨਾਂ ਵਾਸਤੇ ਭੇਜੀ ਹੈ। ਮਤਲਬ 24 'ਚ ਰਿਪਬਲਿਕ ਡੇ ਹੋਣੀ ਹੈ, 23 ਜਿਹੜੇ ਮੰਗੇ ਹੋਏ ਸੀ ਉਹਨਾਂ ਨੇ ਅਸੀਂ ਭੇਜੇ ਸੀ। ਇਸੇ ਦਾ ਇੱਕ ਦੂਜਾ ਹਿੱਸਾ ਵੀ ਸੀ, ਹਾਂ, ਕਿ ਜੇ ਤੁਸੀਂ ਇਹਦੇ 'ਚੋਂ ਸਿਲੈਕਟ ਕਰ ਦਿਓ। ਇਹ ਵੀ ਆਲਮੋਸਟ ਸੇਮ ਹੈ। ਭਗਤ ਸਿੰਘ ਜੀ ਨੇ ਇਹਦੇ 'ਚ ਥੋੜ੍ਹਾ ਖੇਤੀ ਵੀ ਦਿਖਾਤੀ, ਅਸੀਂ ਇਹਦੇ 'ਚ ਰਾਜਗੁਰੂ ਸੁਖਦੇਵ, ਇਹਦੇ 'ਚ ਜਿਹੜੇ ਪੰਜਾਬ 'ਚ ਪੇਸ਼ਕਾਰੀਆਂ ਜਾਂ ਉਸ ਵੇਲੇ ਜਿਹੜੇ ਅੰਗਰੇਜ਼ਾਂ ਦੇ ਜ਼ੁਲਮ ਨੇ ਉਹ ਵੀ ਨੇ। ਇਹਦੇ 'ਚ ਮਹਾਰਾਜਾ ਰਣਜੀਤ ਸਿੰਘ ਜੀ ਵੀ, ਸ਼ਹੀਦ ਊਧਮ ਸਿੰਘ, ਇਹ ਜਲਿਆਂਵਾਲੇ ਬਾਗ ਦਾ ਜਿਹੜਾ ਬਣਿਆ ਹੋਇਆ ਯਾਦਗਾਰੀ ਉਹ ਵੀ ਸੀ। ਇਹ ਦੋ ਅਸੀਂ ਦਿੱਤੀਆਂ, ਪੰਜਾਬ ਕੁਰਬਾਨੀਆਂ ਅਤੇ ਸ਼ਹਾਦਤਾਂ ਦੀ ਦਾਸਤਾਨ। ਦੂਜਾ ਅਸੀਂ ਦਿੱਤਾ ਮਾਈ ਭਾਗੋ, ਨਾਰੀ ਸ਼ਕਤੀ। ਇਹ ਨਾਰੀ ਸ਼ਕਤੀ ਨਾਲ ਮਾਈ ਭਾਗੋ ਆਰਮਡ ਫੋਰਸ ਜਿਹੜਾ ਇੱਥੇ ਚੱਲਦਾ ਮੋਹਾਲੀ ਦੇ ਵਿੱਚ, ਉਹਦੇ ਵਿੱਚ ਟ੍ਰੇਨਿੰਗ ਕੁੜੀਆਂ ਦੀ ਜਿਹੜੀ ਹੈ ਉਹ ਵੀ ਅਸੀਂ ਬਕਾਇਦਾ ਦਿਖਾਈ ਗਈ ਨਾਰੀ ਸ਼ਕਤੀ ਦੇ ਤੌਰ 'ਤੇ, ਅਤੇ ਕਿੰਨੀਆਂ ਕੁੜੀਆਂ ਪੁਲਿਸ ਦੇ ਵਿੱਚ ਨੇ, ਕਿੰਨੀਆਂ ਇਹ ਨਾਰੀ ਸ਼ਕਤੀ ਤੌਰ 'ਤੇ ਅਸੀਂ ਇਹ ਉਹਨਾਂ ਨੂੰ ਰੀਪ੍ਰਜੈਂਟ ਕੀਤੀ। ਇਸੇ ਦਾ ਇੱਕ ਹੋਰ ਪਾਰਟ ਵੀ ਦਿਖਾਇਆ ਕਿ ਜੇ ਤੁਸੀਂ ਇਹਦੇ 'ਚੋਂ ਸਿਲੈਕਟ ਕਰਨੀ ਹੈ, ਇਹ ਵੀ ਮਾਈ ਭਾਗੋ, ਮਾਈ ਭਾਗੋ ਵਾਲੀ, ਇਹ ਕਲਚਰ ਦੀ, ਹਾਂ, ਕਲਚਰ ਦੀਆਂ ਦੋ ਨੇ। ਆਹ ਕਲਚਰ ਦੀ ਦਿਖਾਈ, ਫੁਲਕਾਰੀ ਕੱਢਦੀ ਕੁੜੀ, ਅਤੇ ਸਾਡਾ ਲੰਗਰ ਦੀ ਪ੍ਰਥਾ, ਭੰਗੜਾ, ਮਧਾਣੀਆਂ, ਭੰਗੜਾ, ਗਿੱਧਾ, ਮੋਰ, ਹਵੇਲੀਆਂ, ਚਰਖੇ, ਇਹ ਅਸੀਂ ਦਿਖਾਏ। ਇਸੇ ਦਾ ਇੱਕ ਹੋਰ ਪਾਰਟ ਵੀ ਦਿਖਾਇਆ ਕਿ ਇਹਦੀ ਬਜਾਏ ਤੁਸੀਂ ਜੇ ਆਹ ਸਿਲੈਕਟ ਕਰਨਾ, ਇਹ ਵੀ ਆਲਮੋਸਟ ਸੇਮ ਹੀ ਹੈ। ਅਸੀਂ ਇਹ ਕਿੰਨੀਆਂ ਮੀਟਿੰਗਾਂ, ਸਾਡੇ ਡਾਇਰੈਕਟਰ ਸਾਹਿਬ, ਤਿੰਨ ਮੀਟਿੰਗਾਂ 'ਚ ਉੱਥੇ ਸੈਂਟਰ ਨਾਲ ਗੱਲ ਕਰਨ ਲਈ ਗਏ, ਜਿਹੜੀ ਕਮੇਟੀ ਬਣਾਈ ਗਈ ਉਹਨਾਂ ਰੱਖ। ਤਾਂ ਪਿਛਲੀ 26 ਜਨਵਰੀ ਸਾਡੀ ਮਿਸ ਹੋ ਗਈ, ਦੁੱਖ ਹੋਇਆ ਸਾਨੂੰ। ਤਾਂ ਇਸ ਵਾਰ ਵੀ 26 ਤਰੀਕ ਨੂੰ ਲਿਖੀ ਹੋਈ ਕਿ ਅੱਜ ਸਾਡੇ ਕੋਲ ਇੱਕ ਲੈਟਰ ਪਹੁੰਚੀ ਹੈ। ਮੈਂ ਅੱਜ ਕੋਈ ਪ੍ਰੈਸ ਕਾਨਫਰੰਸ ਕਰਨੀ ਨਹੀਂ ਚਾਹੁੰਦਾ ਸੀ, ਅੱਜ ਦਾ ਦਿਨ ਬੜੇ ਸ਼ਰਧਾਂਜਲੀ ਵਾਲਾ ਦਿਨ ਹੈ, ਪਰ ਆਹ ਸਾਡੀਆਂ ਸ਼ਰਧਾਂਜਲੀਆਂ 'ਤੇ ਜਾਂ ਸਾਡੇ ਜ਼ਖਮਾਂ 'ਤੇ ਨਮਕ ਛਿੜਕਣ ਵਾਲੀ ਗੱਲ।